ਗੱਲ ਕੈਨੇਡਾ ਦੇ ਵਿੱਚ ਘਰਾਂ ਦੀ ਕਰੀਏ ਤਾਂ ਘਰਾਂ ਦੀ ਮਾਰਕੀਟ ਜਿਹੜੀ ਕਦੀ ਇਦਾਂ ਲੱਗਦੀ ਹੁੰਦੀ ਸੀਗੀ ਵੀ ਇਹ ਰੁਕਣੀ ਨਹੀਂ ਹੈਗੀ ਉਹ ਮੋੜੇ ਮੋਹ ਚ ਆ ਪਈ ਆ ਬੈਂਕ ਆਫ ਕੈਨੇਡਾ ਵੱਲੋਂ ਲਗਾਤਾਰ ਕੁਝ ਹੀ ਮਹੀਨਿਆਂ ਦੇ ਵਿੱਚ 4% ਵਿਆਜ ਦਰਾਂ ਵਧਾ ਦਿੱਤੀਆਂ ਗਈਆਂ ਲੋਕਾਂ ਦੀਆਂ ਪੇਮੈਂਟਾਂ ਜਿਹੜੀਆਂ ਖੁੱਲੀਆਂ ਮੌਰਗੇਜਾਂ ਦੇ ਉੱਤੇ ਸੀਗੀਆਂ ਉਹ ਚੱਕੀਆਂ ਗਈਆਂ ਜਿਹਦੀ 3000 ਪੇਮੈਂਟ ਜਾਂਦੀ ਸੀਗੀ ਉਹ ਵੈਸੇਜ ਦੇਖਿਆ ਜਾਵੇ ਹੁਣ ਲੈਣੀ ਹੋਵੇ ਤਾਂ 7000 8000 ਦੇ ਲਾਗੇ ਗੱਲ ਗਈ ਹੋਈ ਆ ਬਹੁਤ ਸਾਰੀਆਂ ਬੈਂਕਾਂ ਕੋਆਪਰੇਟ ਕਰ ਰਹੀਆਂ ਮੋਰਟਾਈਜੇਸ਼ਨ ਵਧਾਈ ਜਾ ਰਹੀ ਆ ਜਾਂ ਕੱਲਾ ਇੰਟਰਸਟ ਲਿਆ ਜਾ ਰਿਹਾ ਤਾਂ ਕਿ ਲੋਕਾਂ ਦਾ ਦਿਵਾਲਾ ਨਾ ਨਿਕਲੇ ਬੈਂਕਰਫਟੀਆਂ ਨਾ ਹੋਣ ਫੂਰ ਕਲੋਜ਼ਰ ਨਾ ਹੋਣ ਬਹੁਤ سارے ਲੋਕ ਅਜਿਹੇ ਆ ਜਿਨ੍ਹਾਂ ਨੇ ਕਿ ਅ ਅੱਡੀਆਂ ਚੱਕ ਕੇ ਫਾਹੇ ਲਏ ਹੋਏ ਸੀਗੇ ਜਾਂ ਚਾਦਰ ਤੋਂ ਬਾਹਰ ਪੈਰ ਫਸਾਰੇ ਹੋਏ ਸੀਗੇ ਹੁਣ ਉਹਨਾਂ ਦੀ ਜਿਹੜੀ ਆਮਦਨ ਆ ਉਹ ਚੱਕ ਨਹੀਂ ਰਹੀ ਕਿਸ਼ਤਾਂ ਨੂੰ ਬਹੁਤ سارے ਲੋਕਾਂ ਨੇ ਇੱਕ ਤੋਂ ਵੱਧ ਕਰ ਲਏ ਹੋਏ ਸੀਗੇ ਵੀ ਆਪਾਂ ਕਿਰਾਏ ਤੇ ਦੇ ਕੇ ਸਾਰੀ ਜਨ ਸਰੀ ਦੇ ਵਿੱਚ ਜਾਂ ਬ੍ਰੈਂਟਨ ਦੇ ਵਿੱਚ ਹਾਲਾਤ ਇਹ ਸੀਗੇ ਕਿ ਤੁਸੀਂ ਜੇ ਕਿਰਾਏ ਦੇ ਉੱਤੇ ਘਰ ਦੱਤਾ ਆ ਉਹਦੇ ਵਿੱਚੋਂ ਇੰਨਾ ਕਿਰਾਇਆ ਆ ਜਾਂਦਾ ਸੀਗਾ ਕਿ ਤੁਹਾਡੀ ਕਿਸ਼ਤ ਜਿਹੜੀ ਆ ਚੱਲੀ ਜਾਂਦੀ ਸੀਗੀ इवन ਪ੍ਰੋਪਰਟੀ ਟੈਕਸ ਵੀ ਕਈ ਘਰ ਤਾਂ ਪੇ ਕਰ ਦਿੰਦੇ ਸੀਗੇ ਹੁਣ ਹਾਲਾਤ ਇਹ ਹੋ ਗਏ ਕਿ ਕਿਰਾਇਆ ਉਨਾ ਹੀ ਆ ਰਿਹਾ ਜਿੰਨਾ ਪਹਿਲਾਂ ਆਉਂਦਾ ਸੀਗਾ ਕਿਸ਼ਤਾਂ ਜਿਹੜੀਆਂ ਵੱਧ ਗਈਆਂ ਆ ਸੋ ਜੇ ਕਿਸੇ ਕੋ ਜਿੰਨੇ ਵੱਧ ਘਾਰਿਆ ਉੰਨੇ ਉਹਦੀ ਕਿਸ਼ਤ ਜ਼ਿਆਦਾ ਵੱਧ ਗਈ ਆ ਤੇ ਜਿੰਨਾ ਹੀ ਪਹਿਲਾਂ ਸੌਖਾ ਸੀਗਾ ਉੰਨਾ ਹੀ ਜ਼ਿਆਦਾ ਉਹ ਔਖਾ ਹੋ ਗਿਆ ਆ ਤੇ ਇਸ ਦੇ ਨਾਲ ਕੀ ਹੋਇਆ ਕਿ ਘਰਾਂ ਦੀਆਂ ਕੀਮਤਾਂ ਦੇ ਉੱਤੇ ਵੀ ਵੱਡਾ ਫਰਕ ਪੈ ਰਿਹਾ ਆ ਐਵਰੇਜ ਜੇਕਰ ਘਰਾਂ ਦੀਆਂ ਕੀਮਤਾਂ ਆਪਾਂ ਦੇਖੀਏ ਸਰੀ ਤੇ ਬ੍ਰੈਂਟਨ ਦੇ ਵਿੱਚ 20% ਤੋਂ ਲੈ ਕੇ 35% ਪ੍ਰਾਪਰਟੀ ਦੇ ਹਿਸਾਬ ਦੇ ਨਾਲ ਡਿਗੀਆਂ ਅੰਕੜਿਆਂ ਦੇ ਹਿਸਾਬ ਨਾਲ ਦੱਸੀਆਂ ਜਾ ਰਹੀਆਂ ਜੇ ਗੱਲ ਕਰੀਏ ਆਪਾਂ ਸਰੀ ਸ਼ਹਿਰ ਦੀ ਕਰੀਏ ਜਿੱਥੇ ਕਿ ਵੈਨਕੂਵਰ ਰਿਚਮੈਂਡ ਕੋਕਟਲੋਂ ਦੇ ਮੁਕਾਬਲੇ ਜ਼ਿਆਦਾ ਅੱਗ ਲੱਗੀ ਹੋਈ ਸੀਗੀ ਮਲਟੀਪਲ ਆਫਰਸ ਆਉਂਦੀਆਂ ਸੀਗੀਆਂ ਬੋਲੀ ਲੈ ਕੇ 2-2 ਲੱਖ ਉੱਪਰ ਘਰ ਵੇਖ ਰਾਇ ਸੀਗੇ ਉੱਥੇ ਸਭ ਤੋਂ ਵੱਧ ਜਿਹੜਾ ਆ ਬੰਦਾ ਹਾਲ ਦੇਖਿਆ ਜਾ ਰਿਹਾ ਹੁਣ ਰੀਸੈਂਟਲੀ ਜਿਹੜੇ ਜਿਕਰ ਐਸਐਫਟ ਦੀਆਂ ਸੈਲਾਂ ਦੇ ਉੱਤੇ ਆਪਾਂ ਗੱਲ ਕਰੀਏ 7800 ਸਕਰ ਫੀਟ ਲੋਟ 8000 ਸਕਰ ਫੀਟ ਲੋਟ ਕਾਫੀ ਵੱਡੀ ਹੁੰਦੀ ਆ ਉਹਦੇ ਵਿੱਚ ਰਹਿਣ ਵਾਲੇ ਘਰ ਜਿਹੜੇ ਕਿ 6 ਬੈੱਡਰੂਮ 4 ਵਾਸ਼ਰੂਮ ਦਾ ਜਾਂ 5 ਬੈੱਡਰੂਮ ਆ 3 ਵਾਸ਼ਰੂਮ ਦਾ 12 ਤੋਂ ਥੱਲੇ ਥੱਲੇ ਵਿਕ ਰਹੇ ਆ ਕੋਈ 1175 ਦਾ ਵਿਕਿਆ ਕੋਈ 1190 ਦਾ ਵਿਕਿਆ ਜਦੋਂ ਕਿ ਇਹੀ ਘਰ ਜਿਹੜੇ ਆ 2021 ਦੇ ਅੰਤ ਵਿੱਚ ਜਾਈਦੇ ਨਾ 2022 ਦੀ ਸ਼ੁਰੂਆਤ ਦੇ ਵਿੱਚ ਇਹ 17 18 19 ਤੱਕ ਵੀ ਜਿਹੜੇ ਆ ਵਿਕਣ ਲੱਗ ਪਏ ਸੀ ਸੋ ਬਾਕੀ ਡਿਪੈਂਡ ਕਰਦਾ ਵੀ ਕੋਈ ਫਸਿਆ ਕਿੰਨਾ ਕਾ ਇਹ ਘਰ ਜਿਹੜਾ ਕੋਈ ਰਹਿਣ ਵਾਲਾ ਵੇਚ ਰਿਹਾ ਜਾਂ ਕੋਈ ਬਿਲਡਰ ਆ ਜਾਂ ਕਿਸੇ ਨੇ ਰੈਂਟਰਲ ਪ੍ਰਾਪਰਟੀ ਰੱਖੀ ਹੋਈ ਸੀ ਉਸ ਹਿਸਾਬ ਦੇ ਨਾਲ ਦੇਖ ਕੇ ਹੋ ਰਿਹਾ ਆ ਪਰ ਕੀਮਤਾਂ ਦੇ ਵਿੱਚ 5-6 ਲੱਖ ਦਾ ਘਰ ਦੀਆਂ ਕੀਮਤਾਂ ਵਿੱਚ ਫਰਕ ਪੈ ਚੁੱਕਾ ਜਿੰਨੇ ਵੱਡੇ ਘਰ ਸੀਗੇ ਉੰਨੀ ਕੀਮਤ ਜਿਹੜੀ ਆ ਉਹ ਜ਼ਿਆਦਾ ਡਿੱਗੀ ਆ ਜਿੰਨੇ ਛੋਟੇ ਘਰ ਆ ਉਹਨਾਂ ਦੀ ਕੀਮਤ ਵਿੱਚ ਥੋੜਾ ਘੱਟ ਫਰਕ ਆ ਨਵੇਂ ਘਰਾਂ ਦੀ ਕੀਮਤ ਦੇ ਵਿੱਚ ਵੀ 5-6 ਲੱਖ ਦਾ ਫਰਕ इजीली ਦੇਖਿਆ ਜਾ ਰਿਹਾ ਆ ਬ੍ਰਾਂਡ ਨੂੰ ਘਰ ਜਿਹੜਾ ਕਿ ਤਕਰੀਬਨ 5500 ਸਕਰ ਫੀਟ ਲੋੜ 6000 ਸਕਰ ਫੀਟ ਲੋੜ ਇਹ 24-25 ਲੱਖ ਤੱਕ ਵੇਚਣ ਲੱਗ ਪਏ ਸੀ ਤੇ ਹੁਣ ਸਰੀ ਦੇ ਫਲੀਟਵਰ ਇਲਾਕੇ ਦੇ ਵਿੱਚ ਇੱਕ ਘਰ ਜਿਹੜਾ ਆ ਉਹ ਕੇਵਲ 18,33,000 ਦਾ ਵਿਕਿਆ ਬ੍ਰਾਂਡ ਨਿਊ ਜਿਹੜਾ ਕਿ 5500 ਸਕਰ ਫੀਟ ਦੇ ਉੱਤੇ 4700 ਸਕਰ ਫੀਟ ਘਰ ਬਣਿਆ ਹੋਇਆ ਸੀਗਾ ਤੇ ਦੋ ਇਹਦੇ ਵਿੱਚ ਬੇਸਮੈਂਟ ਸੂਟਸ ਵੀ ਸੀਗੀਆਂ ਸੋ ਕਾਫੀ ਮਾਰਕੀਟ ਜਿਹੜੀ ਆ ਉਹ ਹਿੱਲੀ ਆ ਟਾਊਨ ਹਾਊਸਸ ਦੀ ਗੱਲ ਕਰੀਏ ਤਾਂ ਸਰੀ ਦੇ ਵਿੱਚ ਤਿੰਨ ਬੈੱਡਰੂਮ ਦਾ ਟਾਊਨ ਹਾਊਸ ਜਿਹੜਾ ਕਹਿ ਸਕਦੇ ਆ ਵੀ 5-7 ਸਾਲ ਪੁਰਾਣਾ 10 ਸਾਲ ਪੁਰਾਣਾ ਉਹ ਮਿਲੀਅਨ ਤੋਂ ਉੱਪਰ ਟੱਪ ਗਿਆ ਸੀਗਾ ਜਿਹੜਾ ਕਿ ਹੁਣ ਘਟ ਕੇ 7.5 ਤੋਂ 8 ਅਮਰੀਆ ਸੌਸਰੀ ਬਹੁਤ ਅਮੀਰਾਂ ਦਾ ਇਲਾਕਾ ਗਿਣਿਆ ਜਾਂਦਾ ਸੀਗਾ ਉੱਥੇ ਕੀਮਤਾਂ ਸਭ ਤੋਂ ਵੱਧ ਗਿਣੀਆਂ ਸੀਗੀਆਂ ਚਾਰ ਬੈਡਰੂਮ ਦੇ ਜਿਹੜੇ ਟਾਊਨ ਹਾਊਸ ਐ ਉੱਥੇ 12:30 13 ਤੱਕ ਵੀ ਜਾਣ ਲੱਗ ਪੈ ਸੀਗੇ ਹੁਣ ਉਹੀ ਜਿਹੜੇ ਟਾਊਨ ਹਾਊਸ ਐ ਮੁੜ ਕੇ ਆ ਕੇ ਮਿਲੀਨਕ ਦੇ ਲਾਗੇ ਆ ਗਏ ਆ ਕਾਂਡੋਮੀਨੀਅਮ ਜਿਹੜੇ ਆ ਉਹਨਾਂ ਦੇ ਵਿੱਚ ਵੀ ਪ੍ਰਾਈਸਿਸ ਅਪਾਰਟਮੈਂਟਸ ਦੇ ਵਿੱਚ ਵੀ ਘਟੀਆਂ ਆ ਬਹੁਤ سارے ਲੋਕ ਸੀਗੇ ਜਿਨ੍ਹਾਂ ਨੇ ਕਿ ਹਾਈ ਰਾਈਜ਼ ਦੇ ਵਿੱਚ ਪੈਸੇ ਇਨਵੈਸਟ ਕੀਤੇ ਹੋਏ ਸੀਗੇ ਪ੍ਰੀ ਸੇਲ ਖਰੀਦੀਆਂ ਹੋਈਆਂ ਸੀਗੀਆਂ ਉੱਥੇ ਵੀ ਕਾਫੀ ਹਾਲਾਤ ਜਿਹੜੇ ਆ ਮਾੜੇ ਆ ਦੋ ਤਰ੍ਹਾਂ ਦੇ ਆ ਇੱਕ ਤਾਂ ਲੋਕਾਂ ਨੇ ਜਿਹੜੇ ਵੱਡੇ ਪ੍ਰੋਜੈਕਟ ਸੀਗੇ ਸ਼ੁਰੂ ਹੋ ਗਏ ਉਹ ਹੁਣ ਇਹਦੇ ਵਿੱਚ ਜੇ ਜਦੋਂ ਤੁਸੀਂ ਪ੍ਰੋਜੈਕਟ ਸ਼ੁਰੂ ਕਰ ਲੈਣੇ ਆ ਹਾਈ ਰਾਈਜ਼ ਦੇ ਵਿੱਚ ਤੁਹਾਨੂੰ ਐਂਡ ਕਰਨਾ ਪੈਂਦਾ ਤੇ ਟਾਊਨ ਹਾਊਸ ਜਿਹੜੀ ਤੁਸੀਂ ਆਡਾਡਾ ਫੇਸਸ ਦੇ ਵਿੱਚ ਬਣਾ ਸਕਦੇ ਆ ਜਿਹੜੀ ਵੱਡੀ ਅਪਾਰਟਮੈਂਟ ਆ ਜਾਂ ਹਾਈ ਰਾਈਜ਼ ਆ ਉਹ ਜੇ ਇੱਕ ਵਾਰੀ ਸ਼ੁਰੂ ਕਰ ਲਈ ਤਾਂ ਫਿਨਿਸ਼ ਕਰਨੀ ਪੈਂਦੀ ਆ ਉੱਥੇ ਕਾਫੀ ਮੁਸ਼ਕਲ ਜਿਹੜੀ ਆ ਰਹੀ ਆ ਕਿਉਂਕਿ ਕਈਆਂ ਲੋਕਾਂ ਨੇ ਇੱਕ ਤੋਂ ਵੱਧ 4-4 5-5 ਤੱਕ ਵੀ ਹੋਲਡ ਕਰਾਏ ਸੀਗੇ ਕਿਰਾਏ ਇਸ ਕਰਕੇ ਸੀਗੇ ਵੀ ਫਲਿੱਪੇ ਕਰਨੇ ਆਪਾਂ ਕਿਹੜਾ ਕੰਪਲੀਟ ਕਰਾਉਣੇ ਆ ਪਰ ਹੁਣ ਹਾਲਾਤ ਇਹ ਹੋ ਗਿਆ ਕਿ ਜੇਕਰ ਤੁਸੀਂ ਫਲਿੱਪ ਤਾਂ ਕਰ ਨਹੀਂ ਸਕਦੇ ਕੰਪਲੀਟ ਨਹੀਂ ਕਰਾਉਂਦੇ ਤੁਹਾਨੂੰ ਵਾਪਸ ਜਿਹੜਾ ਮੁਕੱਦਮਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਦੂਜੇ ਹਾਲਾਤ ਇਹ ਹੈ ਕਿ ਬਹੁਤ ਸਾਰੀਆਂ ਹਾਈ ਰਾਈਜ਼ ਜਿਹੜੀਆਂ ਉਹਨਾਂ ਵੇਲੇ ਕਿਹਾ ਗਿਆ ਸੀਗਾ ਕਿ ਉਹ 2023 ਚ ਸ਼ੁਰੂ ਹੋਣੀਆਂ 2023 24 ਚ ਬਣਨੀਆਂ ਸ਼ੁਰੂ ਹੋਣੀਆਂ ਆ ਉਹ ਸ਼ਾਇਦ ਹੁਣ ਸ਼ੁਰੂ ਹੀ ਨਾ ਹੋਣ ਤੇ ਕਿਰਾਇਆਂ ਦੀ ਮਾਰਕੀਟ ਜਿਹੜੀ ਹੱਲੇ ਪੂਰੀ ਉਸੇ ਤਰ੍ਹਾਂ ਖੜੀ ਆ ਲੋਕਾਂ ਨੂੰ ਹਜੇ ਕਿਰਾਏ ਦੇ ਵਾਸਤੇ ਘਰ ਜਿਹੜੇ ਆ ਮਿਲ ਨਹੀਂ ਰਹੇ ਹੈਗੇ ਇਹ ਕੱਲੇ ਕੱਲੇ ਰੂਮ ਜਿਹੜੇ ਆ ਉਹਨਾਂ ਦਾ ਰਵਾਜ ਇੱਕ ਨਵਾਂ ਸ਼ੁਰੂ ਹੋ ਗਿਆ ਆ ਪਰ ਕੁੱਲ ਮਿਲਾ ਕੇ ਜਿਹੜੀ ਹਾਊਸਿੰਗ ਮਾਰਕੀਟ ਆ ਉਹਦੇ ਉੱਤੇ ਕਾਫੀ ਕਾਲੇ ਬੱਦਲ ਛਾਏ ਹੋਏ ਆ ਹੁਣ BC ਦੇ ਵਿੱਚ ਕੀ ਹੋਇਆ ਕਿ ਇੱਕ ਨਵਾਂ ਵਿਭਾਗ ਬਣਾ ਦਿੱਤਾ ਗਿਆ ਹਾਊਸਿੰਗ ਮੰਤਰੀ ਜਿਹੜਾ ਆ ਉਹ ਰਵੀ ਕਾਲੋ ਉਹਨਾਂ ਨੂੰ ਬਣਾਇਆ ਗਿਆ ਡੈਲਟਾ ਦੇ ਵਿੱਚੋਂ ਵਿਧਾਇਕ ਨੇ ਪੰਜਾਬੀ ਆ ਉਹ ਵਿਭਾਗਾਂ ਆ ਏਡ ਇਸ ਕਰਕੇ ਬਣਾਇਆ ਗਿਆ ਵੀ BC ਦੇ ਵਿੱਚ ਹਾਊਸਿੰਗ ਸਪਲਾਈ ਵਧਾਉਣੀ ਆ ਤੋਂ ਜਿਹੜੀਆਂ ਮਿਊਸਪੈਲਟੀ ਸੀਗੀਆਂ ਲਗਾਤਾਰ ਫਾਈਲਾਂ ਦੱਬ ਕੇ ਬੈਠੀਆਂ ਰਹਿੰਦੀਆਂ ਸੀਗੀਆਂ ਪ੍ਰੋਜੈਕਟ ਜਿਹੜੇ ਪਾਸ ਛੇਤੀ ਛੇਤੀ ਨਹੀਂ ਕੀਤੇ ਜਾਂਦੇ ਸੀਗੇ ਜਿਹੜ ਤਿੰਨਾਂ ਹਫ਼ਤਿਆਂ 'ਚ ਹੋਣ ਵਾਲਾ ਹੁੰਦਾ ਸੀ ਚੌਹਾਂ ਹਫ਼ਤਿਆਂ ਦੇ ਵਿੱਚ ਉਹਨੂੰ ਸਾਲ ਸਾਲ ਲਾਇਆ ਜਾ ਰਿਹਾ ਸੀਗਾ ਜਿਹੜਾ ਕੰਮ ਸਾਲ 'ਚ ਹੋਣ ਵਾਲਾ ਸੀਗਾ ਉਹਨੂੰ ਚਾਰ ਚਾਰ ਸਾਲ ਲਾਏ ਜਾ ਰਹੇ ਸੀਗੇ ਸੋ ਉਹ ਤੇਜ਼ ਕਰਨ ਦੇ ਵਾਸਤੇ ਸਰਕਾਰ ਨੇ ਇੱਕ ਪੱਕਾ ਮੰਤਰੀ ਬਣਾਤਾ ਇੱਕ ਮਹਿਕਮਾ ਬਣਾਤਾ ਆ ਸੋ ਸਾਰੀਆਂ ਮਿਊਨਿਸਪੈਲਟੀਆਂ ਜਿਹੜੀਆਂ ਬੀਸੀ ਦੀਆਂ ਉਹਨਾਂ ਦੇ ਅੰਡਰ ਜਵਾਬ ਦੇ ਹੋਣਗੀਆਂ ਸੋ ਉਹ ਵੀ ਇੱਕ ਵੱਡੀ ਗੱਲ ਹੋਈ ਆ ਤੇ ਉਹਦੇ ਨਾਲ ਹੁਣ ਸਪਲਾਈ ਜਿਹੜੀ ਵਧੂਗੀ ਤੇ ਜੇਕਰ ਸਪਲਾਈ ਵਧੂਗੀ ਤਾਂ ਕੀਮਤਾਂ ਉੱਪਰ ਜਾਣ ਦੇ ਚਾਂਸ ਜਿਹੜੇ ਉਹਨੇ ਹੀ ਘਟੂਗੇ ਸੋ ਇਹ ਘਰਾਂ ਦੀ ਮਾਰਕੀਟ ਕੈਨੇਡਾ ਦੇ ਵਿੱਚ ਇਸ ਵੇਲੇ ਦਿਖਾਈ ਅੱਡੇ ਰਹੀ ਹੈ ਜੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ